ਨਸ਼ਿਆਂ ਦੇ ਖਿਲਾਫ਼ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਦਰਅਸਲ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਗ੍ਰਿਫਤਾਰ ਕੀਤਾ, ਜਿਸ ਦੀ ਪਿਕਅਪ ਗੱਡੀ ਦੇ ਵਿੱਚੋਂ 1,37,000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ। ਇਸ ਬਾਬਤ ਜਾਣਕਾਰੀ ਦਿੰਦਿਆਂ SSP ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਬਰਨਾਲਾ ਪੁਲਿਸ ਨੇ ਨਸ਼ਿਆਂ ਦੇ ਖਿਲਾਫ਼ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪਟਿਆਲਾ ਦਾ ਰਹਿਣ ਵਾਲਾ ਸ਼ਿਵ ਕੁਮਾਰ, ਜੋ ਕਿ ਬਰਨਾਲਾ ਜ਼ਿਲ੍ਹੇ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਵਿੱਚ ਸ਼ਾਮਲ ਹੈ, ਜਿਸ ਦੇ ਖਿਲਾਫ਼ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਇਸ ਮਾਮਲੇ ਦੇ ਵਿੱਚ ਇਸਨੂੰ ਗ੍ਰਿਫਤਾਰ ਕਰ ਲਿਆ ਅਤੇ ਇਸਦੀ ਗੱਡੀ ਦੇ ਵਿੱਚੋਂ 1,37,000 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ। ਉੱਥੇ ਹੀ ਦੱਸ ਦਈਏ ਕਿ ਇਸ ਮਾਮਲੇ ਦੇ ਨਾਲ ਜੁੜੇ ਹੋਰ ਨਸ਼ਾ ਤਸਕਰਾਂ ਦਾ ਵੀ ਪਤਾ ਲਾਇਆ ਜਾ ਰਿਹਾ। ਦਰਅਸਲ ਉਹਨਾਂ ਦਾ ਕਹਿਣਾ, ਜੇਕਰ ਵਿਅਕਤੀ ਇੰਨੀ ਵੱਡੀ ਮਾਤਰਾ ਦੇ ਵਿੱਚ ਨਸ਼ਾ ਸਪਲਾਈ ਕਰ ਰਿਹਾ ਤਾਂ ਉਸਦੇ ਸੰਬੰਧ ਵੀ ਵੱਡੇ ਲੋਕਾਂ ਦੇ ਨਾਲ ਹੋਣ ਦੀ ਸੰਭਾਵਨਾ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ, ਨਸ਼ੇ ਦਾ ਕੋਈ ਵੀ ਸੌਦਾਗਰ ਬਖਸ਼ਿਆ ਨਹੀਂ ਜਾਵੇਗਾ। ਅਸੀਂ ਇੱਕ FIR ਲੌਂਚ ਕੀਤੀ ਹੈਗੀ ਪੁਲਿਸ ਸਟੇਸ਼ਨ ਧਨੌਲਾ ਦੇ ਵਿੱਚ। ਸਾਨੂੰ ਇਤਲਾਹ ਸੀਗੀ ਫਰੋਮ ਸੀਕਰੇਟ ਸੋਰਸਿਸ ਕਿ ਇੱਕ ਸ਼ਿਵ ਰਾਮ ਕਰਕੇ ਹੈਗਾ ਪਟਿਆਲੇ ਦਾ ਬੰਦਾ, ਇਹ ਇੱਥੇ ਨਸ਼ਾ ਤਸਕਰੀ ਦੇ ਵਿੱਚ ਇਨਵੋਲਵ ਹੈਗਾ, ਸਮਗਲਿੰਗ ਦੇ ਵਿੱਚ, ਅਤੇ ਅਸੀਂ ਉਸੀ ਤਰਜ਼ 'ਤੇ ਕੰਮ ਕਰਦੇ ਹੋਏ ਇਹਨੂੰ ਗ੍ਰਿਫਤਾਰ ਕੀਤਾ। ਇੱਕ ਗੱਡੀ ਜੋ ਪਿਕਅਪ ਇਹਦੇ ਤੋਂ ਬਰਾਮਦ ਹੋਈ ਉਹਦੇ ਵਿੱਚੋਂ ਮੋਰ ਦੈਨ 1,37,000 ਇੰਟੋਕਸੀਕੇਟਡ ਟੈਬਲੇਟਸ ਐਂਡ ਕੈਪਸੂਲਸ ਅਸੀਂ ਕਨਫਿਸਕੇਟ ਕੀਤੀਆਂ, ਜਿਹਦੇ ਵਿੱਚ ਕੁਛ ਲੂਜ਼ ਹੈਗੀ ਅਤੇ ਕੁਛ ਪੈਕੇਜ ਦੇ ਵਿੱਚ ਸੀਗੀ। ਐਲਪ੍ਰੋਜ਼ੋਲਮ ਸਾਲਟਸ ਉਹਨਾਂ ਦੇ ਵਿੱਚ ਮੈਂਸ਼ਨ ਸੀਗਾ ਅਤੇ ਪ੍ਰਾਈਮੇ ਫੇਸਾਏ ਵੀ ਹੈਵ ਲੌਂਚਡ ਐਨ FIR ਅੰਡਰ ਦੀ NDPS ਐਕਟ ਅਤੇ ਇਹਨੂੰ ਗ੍ਰਿਫਤਾਰ ਕਰ ਲਿਆ। ਰਿਕਵਰੀ ਹੈਜ਼ ਬੀਨ ਇਫੈਕਟਿਡ। ਜੀ ਹਾਲ ਕੀ ਖੜੀ, ਇਹਦਾ ਕੋਈ ਲੋਕਲ ਬੈਕਗਰਾਊਂਡ ਨਹੀਂ ਪਤਾ ਲੱਗਿਆ ਇਸ ਐਕਿਊਜ ਦਾ, ਬਟ ਜਿਹੜਾ ਮੁੱਢਲੀ ਤਫਤੀਸ਼ ਤੋਂ ਸਾਨੂੰ ਪਤਾ ਲੱਗਿਆ ਇੰਟਰ ਸਟੇਟ ਗੈਂਗ ਦੇ ਵਿੱਚ ਮੌਜੂਦ ਹੈਗਾ ਅਤੇ ਇਹਦੇ ਬਾਕੀ ਗੈਂਗ ਮੈਂਬਰਸ ਦਾ ਵੀ ਅਸੀਂ ਪਤਾ ਕਰ ਰਹੇ ਹਾਂ ਅਤੇ ਮੋਸਟ ਪ੍ਰੋਬਲੀ ਇਟ ਵਾਜ ਦੀ ਓਰੀਜਨ ਆਫ ਦੀ ਟੈਬਲੇਟਸ ਵਾਜ ਫਰੋਮ ਆਊਟਸਾਈਡ ਆਫ ਪੰਜਾਬ। ਬਿਲਕੁਲ ਜੀ, ਦੇਖੋ ਇਹ ਲਗਭਗ 1.5 ਲੱਖ ਕੋਈ ਇੰਟੋਕਸੀਕੇਟਡ ਟੈਬਲੇਟਸ ਕੈਪਸੂਲ ਸਪਲਾਈ ਕਰ ਰਿਹਾ ਗੱਡੀ ਦੇ ਵਿੱਚ, ਅਤੇ ਓਬਵੀਅਸਲੀ ਪਿੱਛੇ ਜਾਵਾਂਗੇ ਬੈਕਗਰਾਊਂਡ ਦੇ ਵਿੱਚ ਕਾਫੀ ਬਿਗ ਫਿਸ਼ਿਸ ਮਾਈਟ ਬੀ ਇਨਵੋਲਵਡ ਅਤੇ ਅਸੀਂ ਸਾਰਾ ਕੁਝ ਅਨਰਥ ਕਰਾਂਗੇ ਐਂਡ ਐਵਰੀਬਡੀ ਵਿਲ ਬੀ ਬੁਕਡ। ਜੀ ਬਿਲਕੁਲ, ਬਰਨਾਲਾ ਪੁਲਿਸ ਪਹਿਲਾਂ ਵੀ ਕਾਫੀ ਮਿਹਨਤ ਕਰ ਰਹੀ ਹੈ, ਸਾਡੀ ਟੀਮ ਜਿਹਨੂੰ ਲੀਡ ਕਰ ਰਹੇ ਹੈ SPD ਸੰਦੀਪ ਮੰਡ ਜੀ, ਉਹਨਾਂ ਨਾਲ DSP ਰਜਿੰਦਰਪਾਲ ਜੀ, CIA ਇੰਚਾਰਜ ਇੰਸਪੈਕਟਰ ਬਲਜੀਤ ਸਿੰਘ, SHO ਧਨੌਲਾ ਲਖਵਿੰਦਰ ਸਿੰਘ, ਇਹਨਾਂ ਨੇ ਕਾਫੀ ਅੱਛੀ ਇਹ ਉਪਲਬਧੀ ਹਾਸਿਲ ਕੀਤੀ ਹੈ ਜਿਹਦੇ ਵਿੱਚ ਇਹ ਵੱਡੀ ਖੇਪ ਅਸੀਂ ਫੜੀ ਹੈਗੀ ਅਤੇ ਸਾਨੂੰ ਉਮੀਦ ਹੈ ਕਿ ਜਦੋਂ ਪਿੱਛੇ ਜਾਵਾਂਗੇ ਅਤੇ ਅੱਗੇ ਜਦੋਂ ਇਹ ਤਾਰ ਜੋੜਾਂਗੇ ਅਤੇ ਫੋਰਵਰਡ ਬੈਕਵਰਡ ਲਿੰਕੇਜਸ ਦੇ ਵਿੱਚ ਕਾਫੀ ਅੱਛੀ ਉਪਲਬਧੀਆਂ ਮਿਲਣਗੀ। ਅਤੇ ਇਹਦੇ ਨਾਲ ਨਾਲ ਜੀ ਅਸੀਂ ਜੋ ਬਰਨਾਲਾ ਪੁਲਿਸ ਪੰਜਾਬ ਪੁਲਿਸ ਦਾ ਪਹਿਲਾਂ ਹੀ ਡਰੱਗਸ ਦੇ ਅਗੇਂਸਟ ਸਾਡਾ ਕੈਂਪੇਨ ਜਾਰੀ ਹੈ ਲਗਾਤਾਰ, ਉਹਦੇ ਵਿੱਚ ਪਟਿਆਲਾ ਰੇਂਜ ਵੱਲੋਂ ਓਪਰੇਸ਼ਨ ਸਹਿਯੋਗ ਵੀ ਲਾਂਚ ਕੀਤਾ ਹੋਇਆ ਹੈ ਜਿਹਦੇ ਵਿੱਚ ਅਸੀਂ ਲੋਕਾਂ ਨੂੰ ਉਹਨਾਂ ਦੇ ਸਹਿਯੋਗ ਦੀ ਡਿਮਾਂਡ ਕਰ ਰਹੇ ਹਾਂ, ਰਿਕੁਐਸਟ ਕਰ ਰਹੇ ਹਾਂ ਕਿ ਪੰਜਾਬ ਪੁਲਿਸ ਬਰਨਾਲਾ ਪੁਲਿਸ ਨਾਲ ਮੋਢੇ ਨਾਲ ਮੋਢਾ ਲਾਓ ਤਾਂ ਕਿ ਜੋ ਇਨਫੋਰਸਮੈਂਟ ਦਾ ਕੰਮ ਹੈ ਸਪਲਾਈ ਚੇਨ ਨੂੰ ਬ੍ਰੇਕ ਕਰਨ ਦਾ ਉਹਦੇ ਵਿੱਚ ਵੀ ਸਾਨੂੰ ਕੋਈ ਇਨਫੋਰਮੇਸ਼ਨ ਦੇਣ, ਸਾਡੇ ਨਾਲ ਸਾਂਝੀ ਕਰਨ ਅਤੇ ਉਹਨਾਂ ਦਾ ਜਿਹੜਾ ਇਨਫੋਰਮੇਸ਼ਨ ਜੋ ਵੀ ਦੇਗਾ ਇਨਫੋਰਮਰ ਦੀ ਆਈਡੈਂਟੀ ਸੀਕ੍ਰੇਟ ਰੱਖੀ ਜਾਏਗੀ, ਉਹਦੇ 'ਤੇ ਕਾਰਵਾਈ ਕੀਤੀ ਜਾਏਗੀ। ਨਾਲ ਦੀ ਨਾਲ ਇਹ ਡਿਮਾਂਡ ਸਪਲਾਈ ਨੂੰ ਵੀ ਰੋਕਣ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ, ਕੋਈ ਐਡਿਕਟ ਹੋ ਗਿਆ ਤੇ ਐਡਮਿਨਿਸਟ੍ਰੇਸ਼ਨ ਪੁਲਿਸ ਦਾ ਸਾਥ ਦੇਣ ਉਹਨੂੰ ਇਸ ਦਲਦਲ ਤੋਂ ਕੱਢਣ ਵਾਸਤੇ। ਹਾਂਜੀ ਹਾਂ ਬਿਲਕੁਲ, ਇਟ ਵਾਜ ਵਿਦਆਊਟ ਬਿੱਲਸ,
ਐਂਡ ਆਊਟ ਆਫ ਸਟੇਟ ਜਿੱਦਾਂ ਮੈਂ ਦੱਸਿਆ ਹੈਗਾ ਤੇ ਇਹਦੀ ਪੁੱਛਗਿੱਛ ਤੋਂ ਵੀ ਪਤਾ ਲੱਗਿਆ ਵੀ ਇਟ ਵਾਜ ਫੋਰ ਦਿਸ ਪਰਪਸ ਓਨਲੀ। ਮਾਰਕੀਟ ਵੈਲਿਊ ਨਹੀਂ ਜੀ, ਮੈਂ ਆਪਕੋ ਦੱਸਤਾ ਕਿ ਇਟ ਇਜ਼ ਮੋਰ ਅਰਾਊਂਡ 1,35,000-37,000 ਟੈਬਲੇਟਸ ਹੈਗੀ ਤੇ ਸੋਲਟਸ ਵੀ ਮੈਂਸ਼ਨ ਕੀਤੇ ਹੈ ਮੈਂ ਤੇ ਬਾਕੀ ਮਾਰਕੀਟ ਵੈਲਿਊ ਸੇ ਇਟ ਇਜ਼ ਇਰਰੈਲੇਵੈਂਟ। ਬਟ ਜੋ ਇਹਦਾ ਇਫੈਕਟ ਲੋਕਾਂ ਦੇ ਹੋਣਾ ਸੀਗਾ ਜੋ ਇਹ ਸਪਲਾਈ ਹੁੰਦੀ ਤੇ ਨਸ਼ੇ ਦੇ ਵਿੱਚ ਕਾਰੋਬਾਰ ਉਹਨੂੰ ਠੱਲ ਪਾਉਣ ਵਾਸਤੇ ਇਟ ਵਾਜ਼ ਵੈਰੀ ਇੰਪੋਰਟੈਂਟ ਮੂਵ ਬਾਏ। ਨਹੀਂ ਪਹਿਲਾਂ ਆਪ ਵੀ ਹਾਲ ਕੀ ਘੜੀ ਸਾਨੂੰ ਨਹੀਂ ਆਇਆ, ਬਟ ਵੀ ਹੈਵ ਟੇਕਨ ਪੁਲਿਸ ਰਿਮਾਂਡ ਤੇ ਰਿਮਾਂਡ ਤੇ ਪੂਰੀ ਡਿਟੇਲ ਦੇ ਵਿੱਚ ਅਸੀਂ ਪੁੱਛਗਿੱਛ ਕਰਾਂਗੇ ਤੇ ਅੱਗੇ ਤੱਕ ਤੈਅ ਤੱਕ ਪਹੁੰਚਾਂਗੇ। ਬਿਲਕੁਲ ਜੀ, ਐਸ ਵੀ ਸਪੀਕ ਸਾਡੀ ਟੀਮ ਆਲਰੇਡੀ ਲੱਗੀ ਹੋਈ ਹੈ ਤੇ ਸਾਨੂੰ ਉਮੀਦ ਹੈ ਕਿ ਤੁਹਾਡੇ ਨਾਲ ਫਿਰ ਅਸੀਂ ਸਾਂਝੀ ਕਰਾਂਗੇ ਜਦੋਂ ਵੀ ਸਾਨੂੰ ਉਪਲਬਧੀ ਹੋਰ ਕੋਈ ਮਿਲਦੀ ਹੈ। ਜੀ ਜੀ, ਇਹ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਨੋਟੀਫਾਈ ਹੋ ਚੁੱਕੇ ਹੈ ਐਂਡ ਓਪਰੇਸ਼ਨਲ ਹੋ ਚੁੱਕੇ ਹੈ। ਬਰਨਾਲਾ ਪੁਲਿਸ ਵੱਲੋਂ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਸਾਈਬਰ ਪੁਲਿਸ ਸਟੇਸ਼ਨ ਇਜ਼ ਇਨ ਇਫੈਕਟ ਤੇ ਇੱਥੇ ਕੋਈ ਵੀ ਇੰਡੀਵਿਜੁਅਲ ਕੋਈ ਸਾਈਬਰ ਦੇ ਨਾਲ ਰਿਲੇਟਡ ਅਗਰ ਕਿਸੇ ਦੀ ਵੀ ਕੋਈ ਸ਼ਿਕਾਇਤ ਹੈ ਕੋਈ ਕੰਪਲੇਂਟ ਹੈ ਉਹ ਆ ਕੇ ਦਰਜ ਕਰਾ ਸਕਦਾ ਹੈਗਾ ਤੇ ਉਹ FIR ਵੀ ਹੈਵ ਸਟਾਰਟਡ ਰਜਿਸਟਰਿੰਗ ਇਸ ਥਾਣੇ ਦੇ ਵਿੱਚ। ਇੱਕ ਨੰਬਰ ਹੈਗਾ 1930 ਜੋ ਕਿ ਅਸੀਂ ਕਾਫੀ ਪਬਲਿਸਾਈਜ਼ ਵੀ ਕਰਦੇ ਹਾਂ ਆਪਣੀ ਅਵੇਅਰਨੈਸ ਕੈਂਪੇਨਸ ਦੇ ਵਿੱਚ ਕਿ ਅਗਰ ਕਿਸੇ ਦੇ ਨਾਲ ਵੀ ਕੋਈ ਸਾਈਬਰ ਫਰੋਡ ਹੁੰਦਾ ਹੈ ਤਾਂ 1930 ਟੋਲ ਫਰੀ ਨੰਬਰ ਹੈ, ਇਹਦੇ 'ਤੇ ਆਪਣਾ ਕੰਪਲੇਂਟ ਲੌਜ ਕੀਤੀ ਜਾਏ ਜਲਦ ਤੋਂ ਜਲਦ। ਜੀ ਸਾਈਬਰ ਸੇ ਰਿਲੇਟਡ ਜੋ ਵੀ ਕੰਪਲੇਂਟ ਹੈ ਉਹ ਅਸੀਂ ਇਹਦੇ ਵਿੱਚ ਡੀਲ ਕਰਾਂਗੇ, ਸਾਡੇ ਕੋਲ ਸਫੀਸ਼ੀਐਂਟ ਸਟਾਫ ਹੈਗਾ ਜਿਹਦੇ ਵਿੱਚ ਸੀਨੀਅਰ ਆਫਿਸਰ ਉਹਨੂੰ ਲੀਡ ਕਰ ਰਿਹਾ।